Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਸੌਰੀ ਜੀ, ਅੱਜ ਪਤਾ ਨਹੀਂ ਕੀ ਹੋ ਗਿਆ ਸੀ, ਦਿਮਾਗ ਤੇ ਨਾ ਬਹੁਤ ਬੋਝ ਸੀ, ਇਸ ਕਰਕੇ ਤੁਹਾਡੇ ਨਾਲ ਉੱਚਾ ਨੀਵਾ ਬੋਲ ਹੋ ਗਿਆ। ਇੱਕ ਪਲ ਦੇ ਲਈ ਮੈਨੂੰ ਲੱਗਿਆ ਕਿ ਬਸ ਇਹ ਬਿਜ਼ਨਸ ਨਾ ਮੇਰੇ ਹੱਥ ਹੋ ਗਿਆ, ਇਸ ਕਰਕੇ। ਬਾਏ ਦਾ ਵੇ, ਤੂੰ ਇੱਦਾਂ ਦੀ ਗੱਲਾਂ ਦੇ ਵਿੱਚ ਇਨਵੋਲਵ ਹੀ ਕਿਉਂ ਨਹੀਂ ਜਦੋਂ ਤੈਨੂੰ ਪਤਾ ਹੈ ਕਿ ਤੂੰ ਇੱਦਾਂ ਦੀ ਚੀਜ਼ਾਂ ਨੂੰ ਹੈਂਡਲ ਹੀ ਨਹੀਂ ਕਰ ਸਕਦੀ? ਜਸਟ ਟੂ ਗੈਟ ਦਾ ਟੈਂਸ਼ਨ, ਰਾਈਟ? ਇਹ ਬਿਜ਼ਨਸ ਬਾਹੂ ਜੀ ਦੀ ਸਾਰੀ ਉਮਰ ਦੀ ਮਿਹਨਤ ਦਾ ਨਤੀਜਾ, ਬਾਹੂ ਜੀ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਤੁਹਾਡੀ ਨਜ਼ਰਾਂ ਵਿੱਚ। ਮੈਂ ਇੱਥੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਆਪਣੇ ਵਿਹਾਰ ਲਈ ਤੁਹਾਡੇ ਤੋਂ ਮਾਫੀ ਮੰਗ ਰਹੀ ਹਾਂ, ਤੇ ਤੁਸੀਂ ਕਿਤੇ ਦੀ ਗੱਲ ਕਿਤੇ ਹੋਰ ਹੀ ਲੈ ਕੇ ਜਾ ਰਹੇ ਹੋ, ਕੁਛ ਵੀ ਕਰਦੇ। ਐਕਸਕਿਊਜ਼ ਮੀ, ਮੈਂ ਤੁਹਾਨੂੰ ਦੋਨਾਂ ਨੂੰ ਡਿਸਟਰਬ ਤਾਂ ਨਹੀਂ ਕੀਤਾ ਨਾ? ਰਣਵੀਰ, ਤੇਰੇ ਨਾਲ ਕੁਛ ਜ਼ਰੂਰੀ ਗੱਲ ਕਰਨੀ ਸੀ, ਮੈਂ ਪੁੱਛਣਾ ਸੀ ਕੁਛ। ਹੈਲੋ, ਹਾਂ ਬਾਬੇ, ਗੱਲ ਬਣ ਗਈ, ਇੱਕ ਫਾਈਨੈਂਸਰ ਲੱਭ ਗਿਆ। ਸੱਚੀ? ਹਾਂ, ਪਰ ਉਹ ਨਾ ਤੇਰੇ ਨਾਲ ਆਨਲਾਈਨ ਮੀਟਿੰਗ ਕਰਨਾ ਚਾਹੁੰਦਾ, ਤੇ ਉਹ ਵੀ ਕੱਲ ਨੂੰ। ਕੱਲ ਨੂੰ? ਪਰ ਕੱਲ ਨੂੰ ਤਾਂ ਰਣਵੀਰ ਜੀ ਦੀ ਮੰਮੀ ਜੀ ਦੀ ਬਰਸੀ ਹੈ। ਅੱਛਾ, ਕੱਲ ਨੂੰ ਕਿਹੜੇ ਟਾਈਮ ਮੀਟਿੰਗ ਕਰਨ ਨੂੰ ਬੋਲ ਰਹੇ ਨੇ, ਕੁਛ ਟਾਈਮ ਦੱਸਿਆ ਉਹਨਾਂ ਨੇ? ਹਜੇ ਉਹ ਤਾਂ ਉਹਨੇ ਦੱਸਿਆ ਨਹੀਂ, ਕੱਲ ਨੂੰ ਦੱਸੇਗਾ ਸ਼ਾਇਦ। ਪਰ ਕੱਲ ਨੂੰ ਤਾਂ ਇੱਥੇ ਘਰ ਵਿੱਚ ਸ਼ਾਂਤੀ ਪੂਜਾ ਰਖਵਾਈ ਹੋਈ ਹੈ, ਮੈਂ ਕਿੱਦਾਂ ਮੀਟਿੰਗ ਲਈ ਟਾਈਮ ਕੱਢਾਂਗੀ? ਨਾਲੇ ਉਦਾਂ ਵੀ ਇੰਨੀ ਰਾਤ ਨੂੰ ਕਿਹੜਾ ਫਾਈਨੈਂਸਰ ਕਾਲ ਕਰਦਾ? ਮਤਲਬ ਇਸ ਵੇਲੇ ਤਾਂ ਸਾਰੇ ਆਫਿਸ ਵੀ ਬੰਦ ਹੋ ਜਾਂਦੇ ਆ ਨਾ, ਇੱਦਾਂ ਦਾ ਕਿਹੜਾ ਫਾਈਨੈਂਸਰ ਜੇ ਆ ਗਿਆ? ਦੇਖ, ਹਜੇ ਇੰਨਾ ਮੈਨੂੰ ਵੀ ਨਹੀਂ ਪਤਾ, ਜਿੱਦਾਂ ਹੀ ਉਹਦੀ ਡਿਟੇਲ ਆਈ ਮੈਂ ਤੈਨੂੰ ਭੇਜਦਾ। ਚਲੋ ਠੀਕ ਹੈ, ਨਾਮ ਤਾਂ ਪਤਾ ਹੀ ਹੋਊਗਾ ਨਾ ਤੈਨੂੰ, ਜਾਂ ਉਹ ਵੀ ਨਹੀਂ ਪਤਾ? ਹਾਂ, ਨਾਮ ਸ਼ਾਇਦ ਮਿਸਟਰ ਗਿੱਲ, ਸ਼ਾਇਦ ਪੀ ਗਿੱਲ ਕਰਕੇ ਆ ਕੁਛ। ਠੀਕ ਹੈ, ਚੱਲ ਠੀਕ ਹੈ ਰੀਤ, ਮੈਂ ਤੈਨੂੰ ਕਰਦਾ ਫੋਨ, ਠੀਕ ਹੈ, ਬਾਏ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।